साहिब। वाहेगुरु वाहे। हाँ जी, हाँ जी, सत श्री अकाल, आदाब, नमस्कार। अज शहनशाह मौसीकी, शहनशाह संगीत सरदूल सिकंदर साहब की अंतम अरदास दे विच आप सारे इकट्ठे हुए हैं। इत्थे ऐदा नहीं कि पंजाब इकट्ठा होया लग रहा है, इत्थे पूरा हिंदुस्तान इस महान सुरां दे सुदागर नूं श्रद्धांजलि देण वास्ते आया हुआ। सरदूल सिकंदर कोई एक सुर नहीं सी, वो एक इंस्टीट्यूशन सी। सुरां दा बेताज बादशाह कहना ये हर किसी के हिस्से च नहीं आता। सो अज रूहां रो रही ने कि रहेगा जमाना तो तुम याद आओगे, यादें तो बहुत आएंगी पर तुम ना। ਜਿੰਦਾ ਭਾਈ ਸਰਦੂਲ ਭਾਜੀ ਨਾਲ ਜਿਹੜੇ ਤੁਹਾਡੇ ਕਿਵੇਂ ਦੇ ਪਲ ਸੀ ਜਿਹੜੇ ਤੁਸੀਂ ਉਹਨਾਂ ਨਾਲ ਤੁਹਾਡੇ ਨਾਲ ਗਾਇਆ ਜਾਂ ਕੀ ਸੀ ਉਹਨਾਂ ਨੇ ਹਾਰਮੋਨੀਅਮ ਸ਼ੁਰੂਆਤੀ ਦੇ ਨਾਲ? ਉਹ ਬਹੁਤ ਵੱਡੀ ਗੱਲ ਹੈ ਕਿ ਹਰ ਇਨਸਾਨ ਥੱਲੇ ਉੱਠਦਾ। ਸਰਦੂਲ ਸਿਕੰਦਰ ਸਾਹਿਬ ਵੀ ਪਹਿਲੀਆਂ ਪਹਿਲੀਆਂ ਦੇ ਵਿੱਚ ਮੇਰੇ ਨਾਲ ਬਤੌਰ ਹਾਰਮੋਨੀਅਮ ਤੇ ਵੀ ਗਏ ਨੇ। ਸੋ ਮੈਂ ਉਹਨੂੰ ਕਹਿੰਦਾ ਹੁੰਦਾ ਸੀ ਕਿ ਤੂੰ ਇੰਨਾ ਅੱਛਾ ਹਾਰਮੋਨੀਅਮ ਵਜਾਉਣਾ, ਇੰਨਾ ਅੱਛਾ ਗਾਉਣਾ, ਪਰ ਕਦੇ ਦਿਲ ਨਹੀਂ ਛੱਡਣਾ। ਆਉਣ ਵਾਲੇ ਟਾਈਮ ਦੇ ਵਿੱਚ ਤੂੰ ਇੱਕ ਬਹੁਤ ਵੱਡਾ ਫਨਕਾਰ ਬਣੇਗਾ, ਔਰ ਉਹਨੇ ਬਣ ਕੇ ਦਿਖਾਇਆ। ਠੀਕ ਹੈ ਜੀ, ਠੀਕ ਹੈ ਭਾਈ। ਮੇਰੇ ਨਹੀਂ ਸਾਰਿਆਂ ਦੇ ਨੇੜੇ ਸੀ ਜੀ, ਕਿਸੇ ਦੇ ਦਿਲ ਦੇ ਨੇੜੇ, ਕਿਸੇ ਦੇ ਰੂਹ ਦੇ ਨੇੜੇ ਸੀ। ਸੋ ਅੱਜ ਲੱਗ ਰਿਹਾ ਕਿ ਖਲਕਤ ਜਿਹੜੀ ਹੈ ਸਾਰੀ ਰੋ ਰਹੀ ਹੈ, ਉਹਨਾਂ ਨੂੰ ਕੁਰਲਾ ਰਹੀ ਹੈ ਸਰਦੂਲ ਜੀ ਦਾ ਨਾਮ ਲੈ ਕੇ। ਅਤੇ ਇਹੀ ਹੈ ਜੀ ਕਿ ਸਰਦੂਲ ਭਾਜੀ ਵਰਗਾ ਨਾ ਤਾਂ ਕੋਈ ਪਹਿਲਾਂ ਸੀ, ਨਾ ਹੈ ਅਤੇ ਨਾ ਕੋਈ ਆਉਂਦਾ ਨਜ਼ਰ ਆਉਂਦਾ ਜੀ। ਸੋ ਇੱਕ ਬਹੁਤ ਵੱਡਾ ਇੱਕ ਸਾਡੇ ਪੂਰੀ ਫਿਲਮ ਇੰਡਸਟਰੀ ਨੂੰ, ਮਿਊਜ਼ਿਕ ਸੰਗੀਤ ਇੰਡਸਟਰੀ ਨੂੰ ਔਰ ਪੰਜਾਬ ਨੂੰ ਘਾਟਾ ਪਿਆ, ਕਿਉਂਕਿ ਇੱਕ ਸਿਰਫ ਕਲਾਕਾਰ ਨਹੀਂ ਗਿਆ, ਇੱਕ ਬਹੁਤ ਵੱਡਾ ਕਿਰਦਾਰ ਚਲਾ ਗਿਆ, ਇੱਕ ਬਹੁਤ ਵੱਡਾ ਉੱਤਮ ਇਨਸਾਨ ਅਸੀਂ ਗਵਾ ਦਿੱਤਾ ਸਾਰਿਆਂ ਨੇ। ਉਹਦੀ ਸਾਰਿਆਂ ਨੂੰ ਬਹੁਤ ਜ਼ਿਆਦਾ ਕਮੀ ਹਮੇਸ਼ਾ ਮਹਿਸੂਸ ਹੁੰਦੀ। ਬਿਲਕੁਲ ਜੀ, ਮੈਂ ਸੱਚ ਕਹਿ ਰਿਹਾ ਜੀ, ਕਿਉਂਕਿ ਮੈਂ ਸਾਰਿਆਂ ਦੇ ਸਾਹਮਣੇ ਕਹਿ ਕੇ ਆਇਆ, ਸਾਰੀ ਦੁਨੀਆ ਸਾਹਮਣੇ ਬੈਠੀ ਸੀ। ਜੋ ਇਨਸਾਨੀਅਤ, ਜੋ ਹਿਊਮੈਨਿਟੀ ਉਹਨਾਂ ਦੇ ਅੰਦਰ ਸੀਗੀ, ਅਸੀਂ ਸਾਰੇ ਜਦੋਂ ਸਾਰੇ ਗਵਾਹ ਹਾਂ। ਉਸ ਸ਼ਖਸ ਕੋ ਕਦੇ ਬੈਠੇ ਹੋਵੇ, ਕਦੇ ਕਿਸੇ ਦੀ ਬੁਰਾਈ ਕਰਕੇ ਕਿਸੇ ਨੇ ਦੇਖੀ ਹੋਵੇ, ਜਾਂ ਕਦੇ ਉਹਨਾਂ ਨੇ ਸੁਣੀ ਹੋਵੇ ਕਿਸੇ ਦੀ, ਜਾਂ ਕਦੇ ਉਹਨਾਂ ਨੇ ਆਪ ਕੀਤੀ ਹੋਵੇ, ਇਹ ਉਸ ਬੰਦੇ ਦੇ ਕਿਰਦਾਰ 'ਚੋਂ ਸਿੱਖਣ ਵਾਲੀ ਗੱਲ ਸੀਗੀ ਕਿ ਬੰਦੇ ਦੇ ਸਾਹਮਣੇ ਫੇਸ 'ਤੇ ਔਰ ਬੰਦੇ ਦੀ ਪਿੱਠ ਪਿੱਛੇ ਉਹਨੂੰ ਅਦਬ ਕਿਵੇਂ ਦੇਈਦਾ। ਨਾ ਉਹਨੂੰ ਮੈਂ ਕਦੇ ਵੱਡੇ ਤੋਂ ਵੱਡੇ ਕਿਸੇ ਸ਼ਹਿਨਸ਼ਾਹ ਬੰਦੇ ਅੱਗੇ ਵੀ ਚਾਪਲੂਸੀ ਕਰਦੇ ਦੇਖਿਆ, ਨਾ ਹੀ ਮੈਂ ਕਦੇ ਕਿਸੇ ਗਰੀਬ ਗੁਰਬੇ ਦੀ ਵੀ ਬੁਰਾਈ ਕਰਦੇ ਉਹਨਾਂ ਨੂੰ ਦੇਖਿਆ। ਇਹ ਉਹਨਾਂ ਦੇ ਕਿਰਦਾਰ ਦਾ ਇੱਕ ਬਹੁਤ ਵੱਡਾ ਗੁਣ ਹੈ ਜਿਹੜਾ ਸਾਨੂੰ ਸਾਰਿਆਂ ਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ। ਹਾਂਜੀ, ਨੂਰੀ ਜੀ ਲਈ ਕਹਿੰਦੇ ਨਾ, ਨੂਰੀ ਜੀ ਲਈ ਮੈਂ ਇਹ ਕਹਾਂਗਾ, ਲੋਕ ਕਹਿੰਦੇ ਨਾ ਕੋਈ ਕਿਸੇ ਦੇ ਨਾਲ ਨਹੀਂ ਜਾਂਦਾ ਹੁੰਦਾ ਗਿਆਂ ਦੇ, ਪਰ ਉਹਨਾਂ ਨੇ ਦੱਸ ਦਿੱਤਾ ਨੂਰੀ ਜੀ ਪੂਰੇ ਨਹੀਂ, ਥੋੜ੍ਹੇ ਜਿਹੇ ਉਹਨਾਂ ਦੇ ਨਾਲ ਜ਼ਰੂਰ ਗਏ ਨੇ, ਕਿਉਂਕਿ ਆਪਣੇ ਅੰਦਰੋਂ ਕੱਢ ਕੇ ਗੁਰਦਾ ਕਿਡਨੀ ਉਹਨਾਂ ਨੂੰ ਦਿੱਤੀ ਸੀ। ਇਸ ਤੋਂ ਵੱਡੀ ਕੋਈ ਮੈਂ ਸਮਝਦਾ ਕਿ ਕਰਵਾ ਚੌਥ ਵਰਗਾ ਵੀ ਜਿਹੜਾ ਨਾ ਤਿਉਹਾਰ ਹੈ, ਸਾਨੂੰ ਇਹੀ ਔਰਤਾਂ ਨੂੰ ਤਾਂ ਆਪਣਾ ਜਜ਼ਬਾ ਦੱਸਣੀਆ ਚਾਹੁੰਦੀਆਂ ਕਿ ਅਸੀਂ ਆਪਣੇ ਬੰਦੇ ਲਈ ਕੀ ਕਰ ਸਕਦੀਆਂ ਵਾ। ਨੂਰੀ ਜੀ ਨੇ ਕਰਕੇ ਦਿਖਾ ਤਾ ਕਿ ਮੈਂ ਆਪਣੇ ਉਹਨਾਂ ਨੇ, ਮੈਂ ਕਹਿੰਦਾ ਬਹੁਤਾ ਨਹੀਂ, ਚਾਰ ਪੰਜ ਸਾਲ ਦੀ ਜ਼ਿੰਦਗੀ ਤਾਂ ਆਪਣੇ ਪਤੀ ਦੀ ਖਰੀਦ ਲਈ ਸੀ ਨਾ, ਆਪਣਾ ਆਪ ਦਾ ਉਹਨਾਂ ਸਰੀਰ ਦਾ ਇੱਕ ਟੁਕੜਾ ਦੇ ਕੇ ਉਹਨਾਂ ਨੇ ਮਾਲਕ ਤੋਂ ਜ਼ਿੰਦਗੀ ਲੈ ਲਈ ਸੀ। ਨੂਰੀ ਜੀ ਦਾ ਇੱਕ ਐਗਜ਼ਾਮਪਲ ਸੈੱਟ ਹੋ ਗਈ ਹੈ, ਕੋਈ ਦੁਨੀਆ 'ਚ ਇਸ ਦੀ ਇੱਦਾਂ ਦੀ ਐਗਜ਼ਾਮਪਲ ਨਾ ਮੈਂ ਪਹਿਲਾਂ ਸੁਣੀ ਸੀ, ਕਦੇ ਨਾ ਹੁਣ ਸੁਣੀ, ਅੱਗੋਂ ਕੋਈ ਇੱਦਾਂ ਦੀ ਕੁਰਬਾਨੀ ਸੁਣਨ ਨੂੰ ਮਿਲੇ ਤਾਂ ਕੋਈ ਵੱਡੀ ਗੱਲ ਨਹੀਂ। ਅੱਜ ਤੱਕ ਅਨੇਕਾਂ ਦੁਖੀ ਭੈਣ ਭਰਾਵਾਂ ਦੇ ਘਰਾਂ ਨੂੰ ਵਸਾਉਣ ਵਾਲੇ ਮਨੀਸ਼ ਆਚਾਰੀਆ, ਸੰਪਰਕ ਕਰੋ 9969900755, ਪਤਾ ਫਗਵਾੜਾ ਪੰਜਾਬ। ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਖੋਇਆ ਪਿਆਰ ਵਾਪਸ ਪਾਉਣਾ, ਲਵ ਮੈਰਿਜ, ਸੌਦਨ ਦੁਸ਼ਮਣ ਤੋਂ ਛੁਟਕਾਰਾ, ਜ਼ਮੀਨੀ ਝਗੜਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਿਦੇਸ਼ 'ਚ ਪੱਕਾ ਹੋਣਾ, ਕਰਜ਼ਾ ਮੁਕਤੀ ਦੇ ਵਿਸ਼ੇਸ਼ ਉਪਾਅ ਜਾਣੋ, ਗੁਪਤ ਵਸ਼ੀਕਰਨ ਕਰਾਓ, ਮਨ ਚਾਹਾ ਪਿਆਰ ਪਾਓ, ਲਾਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। 9969900755।